ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਵਿੱਚ ਬਲਾਕ ਸਮਿਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਵਿੱਚ ਹੋਈਆਂ ਘਟਨਾਵਾਂ ਨੂੰ ਵੇਖਦੇ ਹੋਏ ਜ਼ਿਲ੍ਹੇ ਦੇ 18 ਪਿੰਡਾਂ ਵਿੱਚ ਦੁਬਾਰਾ ਵੋਟਿੰਗ ਹੋ ਰਹੀ ਹੈ। ਬੂਥਾਂ 'ਤੇ ਪੋਲਿੰਗ 8 ਵਜੇ ਸ਼ੁਰੂ ਹੋ ਗਈ ਸੀ, ਜਿਸ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਵੱਲੋਂ ਪੂਰੇ ਇੰਤਜ਼ਾਮ ਕੀਤੇ ਗਏ ਹਨ। ਇੱਥੇ ਤੱਕ ਕਿ ਬੂਥਾਂ ਦੇ ਨਜ਼ਦੀਕ ਮੀਡੀਆ ਵਾਲਿਆਂ ਨੂੰ ਵੀ ਆਸਾਨੀ ਨਾਲ ਜਾਣ ਨਹੀਂ ਦਿੱਤਾ ਗਿਆ ਸੀ। ਸਰ, ਸਵੇਰ ਦੇ ਅਸੀਂ ਖੜਿਆ, ਸਾਨੂੰ ਵੀ ਮੌਨ ਕੋਲ ਨਹੀਂ ਲੱਗਣ ਦਿੱਤਾ ਜਾ ਰਿਹਾ। ਕੀ ਹੈ ਕਿ ਮਤਲਬ ਇੰਨਾ ਕੋਈ ਮਸਲਾ ਨਹੀਂ ਆ ਕਿ ਜਿਹੜੇ ਅਲਾਊਡ ਹੈਗੇ ਆ DPRO ਵੱਲੋਂ, DPRO ਦਿਖਾਇਆ ਜੀ, ਚੈੱਕ ਕਰਾਇਆ ਮੈਂ 4 ਵਾਰੀ, ਮੈਂ DPRO ਤੋਂ ਅਲਾਊਡ ਹਾਂ। ਜੇ ਕਿਤੇ ਕੋਈ ਤੁਹਾਡੀ ਮਿਸਕਮਿਊਨੀਕੇਸ਼ਨ ਹੋ ਗਈ, ਉਹ ਵੱਖਰੀ ਗੱਲ ਆ। ਐਂਡ ਜਿਹੜੇ ਅਲਾਊਡ ਆ, ਜਿਹੜੀ ਲਿਸਟ ਦੇ ਅਕੋਰਡਿੰਗਲੀ ਯੂ ਕੈਨ ਗੋ ਐਨੀਵੇਅਰ ਇਨਸਾਈਡ ਔਰ ਤੁਸੀਂ ਆਪਣੇ ਕਵਰੇਜ ਕਰ ਸਕਦੇ ਹੋ। ਪਰ ਸਾਡੇ ਵੱਲੋਂ ਤੁਹਾਨੂੰ ਕੋਈ ਪ੍ਰੋਬਲਮ ਨਹੀਂ। ਜੇ ਕਿਤੇ ਕੁਛ ਮਿਸਕਮਿਊਨੀਕੇਟ ਹੋਇਆ ਕਿਸੇ ਨਾਕੇ 'ਤੇ, ਕਈ ਵਾਰੀ ਕਿਸੇ ਥੱਲੇ ਲੈਵਲ 'ਤੇ ਬਾਹਰ ਨਾਕੇ ਲੱਗੇ ਹੋਏ ਵਿਲੇਜਸ ਦੇ, ਤਾਂ ਕੋਈ ਐਕਸਟਰਾ ਕੋਈ ਬੰਦਾ, ਕੋਈ ਬਾਹਰਲਾ ਬੰਦਾ ਪਿੰਡ ਤੋਂ ਨਾ ਆ ਸਕੇ, ਕੋਈ ਇੱਥੇ ਪ੍ਰੋਬਲਮ ਨਾ ਕ੍ਰੀਏਟ ਕਰੇ। ਤੋ ਇਸ ਕਰ ਲਈ ਵੀ ਯੂ ਆਰ ਅਲਾਊਡ, ਐਂਡ ਜਿਹੜੇ ਬੰਦਿਆਂ ਕੋਲ ਹੈਗਾ ਆ ਆਪਣਾ ਦਿਖਾ ਕੇ ਆਈਡੈਂਟੀਫਿਕੇਸ਼ਨ, ਯੂ ਕੈਨ ਆਲਵੇਜ਼ ਐਂਟਰ। ਪਰ ਤੁਹਾਨੂੰ ਆਪਣੀ ਆਈਡੈਂਟੀ ਦਿਖਾਉਣੀ ਪਊਗੀ ਜੀ। ਸ਼ੋਰਲੀ ਸਰ, ਉਹ ਕੋਈ ਦਿੱਕਤ ਨਹੀਂ ਹੈ, ਅਸੀਂ ਵੀ ਐਗਰੀ ਕਰਦੇ ਹਾਂ, ਚਲੋ ਠੀਕ ਹੈ, ਲਾਅ ਐਂਡ ਆਰਡਰ ਨੂੰ ਮੇਨਟੇਨ ਕਰਨਾ।